ਗੁਰੂ ਪਿਆਰੀ ਸਾਧ ਸੰਗਤ ਅੱਜ ਆਪਾਂ ਜੋ ਜਿਸ ਵਿਸ਼ੇ ਦੇ ਉੱਤੇ ਬੈਠੇ ਆ ਵਿਚਾਰ ਕਰ ਰਹੇ ਆ ਬਹੁਤ ਹੀ ਅਹਿਮ ਵਿਸ਼ਾ ਮੈਂ ਇਹ ਦੇਖਦਾ ਹਾਂ ਲੰਬੇ ਸਮੇਂ ਤੋਂ ਜੋ ਕਿ ਸਾਡੇ ਲਿਖਤੀ ਤੌਰ ਤੇ ਇਤਿਹਾਸ ਦੇ ਵਿੱਚ ਜੋ ਕਿਤਾਬਾਂ ਦੇ ਵਿੱਚ ਵਿਗਾੜ ਪਾਇਆ ਜਾ ਰਿਹਾ ਹੈ ਜੋ ਲਿਖਤੀ ਲਿਟਰੇਚਰ ਦੇ ਵਿੱਚ ਔਰ ਜਿਹੜੀਆਂ ਦੁਸ਼ਮਣ ਜਮਾਤਾਂ ਨੇ ਸਿਆਣੇ ਕਹਿੰਦੇ ਹਨ ਦੁਸ਼ਮਣ ਬਾਤ ਕਰੇ ਅਣ ਹੋਏ ਦੁਸ਼ਮਣ ਜਮਾਤਾਂ ਜੋ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਉਹ ਸਾਡੇ ਤੇ ਕਈ ਤਰ੍ਹਾਂ ਤਰ੍ਹਾਂ ਦੇ ਵਾਰ ਕਰਦੇ ਨੇ ਜਿਸ ਤਰ੍ਹਾਂ ਕਿ ਇਹ ਵਖ ਵਖ ਟਰੈਕਟ ਨੇ ਇਹ 나ਗਪੁਰ ਤੋਂ ਛਪੇ ਹੋਏ ਇਹਨਾਂ ਦੇ ਵਿੱਚ ਕੀ ਲਿਖਿਆ ਇਹਦੇ ਵਿੱਚ ਉਹਨਾਂ ਨੇ ਲਿਖਿਆ ਤਾਂ ਠੀਕ ਹੈ ਪਰ ਇੱਕ ਹੀ ਗੱਲ ਦੇ ਵਿੱਚ ਆ ਕੇ ਸਾਰਾ ਜਿਸ ਤਰ੍ਹਾਂ ਕਹਿੰਦੇ ਨੇ ਕਿ 100 ਮਣ ਦੁੱਧ ਨੂੰ ਇੱਕ ਟੋਲਾ ਜਿਹੜੀ ਕਾਂਜੀ ਹੈ ਉਹ ਫਟਾ ਦਿੰਦੀ ਹੈ ਉਹ ਲਿਖਦੇ ਨੇ ਕਿ ਇਹ Hindu ਧਰਮ ਦੇ ਨਾਲ ਹੀ ਸੰਬੰਧ Hindu Khunsiyanਾਂ ਦੇ ਵਿੱਚ ਜੇ ਮੈਂ ਜ਼ਿਆਦਾ ਵਿਸਤਾਰ ਚ ਜਾਣਾ ਨਹੀਂ ਕਿਉਂਕਿ ਸਮਾਂ ਨਹੀਂ 100 ਇਹਨਾਂ ਨੂੰ ਰੋਕਣਾ ਸੀ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਬੇਸ਼ੱਕ ਫੋਟੋ ਦੇ ਪੁਜਾਰੀ ਨਹੀਂ ਬੁੱਤ ਦੇ ਪੁਜਾਰੀ ਨਹੀਂ ਆਹੀਂ ਲੇਕਿਨ ਜੋ ਪ੍ਰਚਲਿਤ ਫੋਟੋਆਂ ਨੇ ਉਹਨਾਂ ਨੂੰ ਵਿਗਾੜ ਕੇ ਵੀ ਅਸੀਂ ਜਿਹੜਾ ਉਹ ਸਿੱਖ ਗੁਰੂ ਸਿੱਖ ਗੁਰੂ ਸਹਿਬਾਨਾਂ ਨਾਲ ਜਾਂ ਸਹਿਬਜ਼ਾਦਿਆਂ ਦੀਆਂ ਵਿਗਾੜ ਕੇ ਫੋਟੋਆਂ ਵੀ ਜਿਹੜੀਆਂ ਅਸੀਂ ਕਿਸ ਤਰ੍ਹਾਂ ਦੀਆਂ ਪਬਲਿਸ਼ ਨਹੀਂ ਕਰ ਸਕਦੇ ਇਹ ਗੁਰਮੁਖ ਪ੍ਰਕਾਸ਼ ਮੈਗਜ਼ੀਨ ਹੈ ਜੋ ਕਿ ਹਰ ਮਹੀਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਵਨਸ਼ ਹੁੰਦਾ ਹੈ ਇਹ ਚਾਰੋਂ ਸਹਿਬਜ਼ਾਦਿਆਂ ਦੀਆਂ ਫੋਟੋਆਂ ਟਾਈਟਲ ਪੇਜ ਤੇ ਨੇ ਚਾਰੋਂ ਸਹਿਬਜ਼ਾਦਿਆਂ ਦੀ ਜਿਹੜੀ ਇਹਨਾਂ ਦੀ ਕੇਸਾਂ ਦੀ ਕਟਿੰਗ ਹੈ ਔਰ ਸਿਰਾਂ ਤੇ ਟੋਪੀਆਂ ਨੇ ਔਰ ਇਸ ਤੋਂ ਅੱਗੇ ਜਾ ਕੇ ਇਹ ਤੁਸੀਂ ਦੇਖੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਇਤਿਹਾਸ ਨਾਂ ਦੀ ਕਿਤਾਬ ਜੋ ਕਿ ਇਹ ਪਬਲਿਸ਼ ਕੀਤੀ ਹੈ 1999 ਦੇ ਵਿੱਚ ਇਸ ਕਿਤਾਬ ਦਾ ਨਾਂ ਹੈ ਸਿੱਖ ਇਤਿਹਾਸ ਇਸ ਕਿਤਾਬ ਦਾ ਰਾਈਟਰ ਕੋਈ ਨਹੀਂ ਪਬਲਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ ਔਰ ਮੇਰੇ ਕੋਲ ਇਹ ਕਿਤਾਬ 2007 ਵਿੱਚ ਆਈ ਤਾਂ ਮੈਂ ਇਸ ਕਿਤਾਬ ਦੇ ਉੱਤੇ ਕੇਸ ਕੀਤਾ ਗਿਆ ਕੇਸ ਕਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਪਰਚੋਲ ਕਮੇਟੀ ਬਣਾਈ ਜਿਹਦੇ ਵਿੱਚ ਡਾਕਟਰ ਸਤਕਾਰਯੋਗ ਡਾਕਟਰ ਖੜਕ ਸਿੰਘ ਜੀ ਚੰਡੀਗੜ੍ਹ ਡਾਕਟਰ ਕਰਪਾਲ ਸਿੰਘ ਜੀ ਚੰਡੀਗੜ੍ਹ ਡਾਕਟਰ ਬਲਵੰਤ ਸਿੰਘ ਜੀ ਅੰਮ੍ਰਿਤਸਰ ਡਾਕਟਰ ਜਸਵੀਰ ਸਿੰਘ ਜੀ ਸਾਹਬਰ ਇਹਨਾਂ ਦੀ ਕਮੇਟੀ ਬਣਾਈ ਗਈ ਇਸ ਕਮੇਟੀ ਨੇ ਪਰਚੋਲ ਕਰਕੇ ਔਰ ਇਹ ਪੰਜਾਂ ਦਿਨਾਂ ਦੇ ਵਿੱਚ ਆਪਣੀ ਉਹਨਾਂ ਨੇ ਇੱਕ ਰਹਿ ਦਿੱਤੀ ਇਹਨਾਂ ਨੇ ਰਹਿ ਦਿੱਤੀ ਕਿ ਇਹ ਜਿਹੜੀ ਕਿਤਾਬ ਹੈ ਇਹ ਇੱਕ ਬੜੀ ਸਾਜ਼ਿਸ਼ ਦੇ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਬਲਿਸ਼ ਕੀਤੀ ਗਈ ਹੈ ਤੇ ਇਹਦੇ ਤੇ ਅੱਗੇ ਪੜਤਾਲ ਕਰਾਈ ਜਾਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਉਹ ਕੌਣ ਕਾਲੇ ਮੂੰਹ ਵਾਲੀ ਭੇਡ ਹੈ ਜਿਸ ਨੇ ਇਹ ਜਿਹੜੀ ਕਿਤਾਬ ਜਿਹੜੀ ਹੈ ਇਹ ਸ਼੍ਰੋਮਣੀ ਕਮੇਟੀ ਦੇ ਲੋਕੋ ਦੇ ਤਹਿਤ ਅੰਦਰ ਛੁਪਵਾਈ ਹੈ ਲੇਕਿਨ ਅਫਸੋਸ ਇਸ ਗੱਲ ਦਾ ਕਿ ਮੈਂ ਆਰਟੀਆਈ ਦੇ ਵਿੱਚ ਜਾਣਕਾਰੀ ਲਈ ਤਾਂ ਉਸ ਜਾਣਕਾਰੀ ਦੇ ਮੁਤਾਬਕ 17 5 2018 ਤੱਕ ਇਸ ਕਮੇਟੀ ਵੱਲੋਂ ਦਿੱਤੀ ਹੋਈ ਲਾਇ ਦੇ ਮੁਤਾਬਕ ਅੱਜ ਤੱਕ ਕੋਈ ਕਮੇਟੀ ਨਹੀਂ ਬਣੀ ਇਹ ਜਿਹੜੀ ਕਿਤਾਬ ਹੈ ਸਟੇਟ ਆਫ ਦਾ ਪੰਜਾਬ ਇਹ ਪਲਸ 2 ਦੀ ਕਿਤਾਬ ਇਹ 2 1 2008 ਦੇ ਵਿੱਚ ਉਹ ਚਿੱਠੀ ਦੇ ਰਾਹੀਂ ਇਹ ਪਬਲਿਸ਼ ਹੋਈ ਹੈ ਇਸ ਕਿਤਾਬ ਦੇ ਵਿੱਚੋਂ ਦੋ ਤਿੰਨ ਪੁਆਇੰਟ ਤੁਹਾਡੇ ਨਾਲ ਸਾਂਝੇ ਕਰਾਂਗਾ ਇੱਕ ਤਾਂ ਕਹਿੰਦੇ ਆ ਕਿ ਗੁਰੂ ਨਾਨਕ ਪਾਤਸ਼ਾਹ ਨੇ ਕਿਸੇ ਵੀ ਹੋਰ ਸੰਸਥਾ ਦਾ ਵਿਰੋਧ ਨਹੀਂ ਕੀਤਾ ਔਰ ਨਾ ਹੀ ਆਪਣੀ ਵੱਖਰੀ ਸੰਸਥਾ ਕੋਈ ਚਲਾਈ ਹੈ ਔਰ ਇਹ ਗੱਲ ਲਿਖੀ ਹੈ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗਿਰਫਜ਼ਾਰ ਕਰਕੇ ਗਵਾਲੀਅਰ ਦੇ ਕਿਲੇ ਚ ਬੰਦ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਚਾਰ ਟੁਕੜੇ ਕਰਕੇ ਕਿ ਗਵਾਲੀਅਰ ਦੇ ਕਿਲੇ ਦੇ ਨਾਲ ਚੌਥ ਕਿਲਿਆਂ ਦੇ ਦਰਵਾਜ਼ਿਆਂ ਤੇ ਟੰਗੇ ਗਏ। ਔਰ ਇਹ ਵੀ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਜਦੋਂ ਖਾਲਸੇ ਦੀ ਸਿਰਜਣਾ ਕੀਤੀ ਹੈ ਉਹਦਾ ਕਾਰਨ ਇਹ ਸੀ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਮੇਂ ਤੇ ਜਿਹੜੀ ਜੱਟ ਬਰਾਦਰੀ ਹੈ ਉਹ ਜਿਹੜੇ ਸਨ ਬੜੇ ਲੜਾਕੇ ਸਨ ਤੇ ਉਹਨਾਂ ਲੋਕਾਂ ਨੂੰ ਨਾਲ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸਿਰਜਣਾ ਕੀਤੀ ਹੈ। ਇਸ ਕਿਤਾਬ ਚ ਔਰ ਗੁਰੂ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਿਹੜਾ ਰਾਖਸ਼ ਦੱਸਿਆ ਔਰ ਜਿਹੜਾ ਨੇ ਇਹ ਕਿਤਾਬ ਪਬਲਿਸ਼ ਕਰਾਈ ਹੈ ਔਰ 2008 ਤੋਂ ਲੈ ਕੇ ਹੁਣ ਤੱਕ ਇਹ ਪਲੱਸ 2 ਦੇ ਬੱਚਿਆਂ ਨੂੰ ਪੜਾਈ ਗਈ ਆ ਮੈਂ ਹੈਰਾਨ ਇਸ ਗੱਲ ਤੋਂ ਆ ਕਿ ਅੱਜ ਤੱਕ ਜਿੰਨਾ ਟੀਚਰਾਂ ਨੇ ਇਹ ਕਿਤਾਬ ਪੜਾਈ ਬੱਚਿਆਂ ਨੂੰ ਕਿ ਉਹਨਾਂ ਟੀਚਰਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਸਿੱਖ ਇਤਿਹਾਸ ਹੈ ਉਹਦੇ ਮੁਤਾਬਕ ਇਹ ਗਲਤ ਹੈ ਕਿਸੇ ਨੇ ਆਵਾਜ਼ ਨਹੀਂ ਠਾਈ